ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਕੀ ਨਾਮ ਜੀ? ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ, ਸਰਪੰਚ ਪਿੰਡ ਠੌਣਾ ਜੀ, ਜ਼ਿਲ੍ਹਾ ਰੋਪੜ। ਇਹ ਜੋ ਸੇਵਾ ਕਰ ਰਹੇ ਵੀਰ ਜੀ, ਇਹ ਕਦੋਂ ਕਿੰਨੇ ਦਿਨਾਂ ਤੋਂ ਲੱਗ ਰਹੇ ਹੋ? ਇਹ ਜੀ ਆਪਾਂ 9-10 ਤੋਂ ਸ਼ੁਰੂ ਕਰੀ ਜੀ, 9 ਤਰੀਕ ਤੋਂ ਜੀ। ਇਹਦੇ ਨਾਲ ਕੋਈ ਹੋਰ ਕਮੇਟੀ ਵੀ ਜੁੜੀ ਆ, ਤੁਸੀਂ ਇਕੱਲੇ ਕਰ ਰਹੇ ਹੋ ਇਹ? ਨਹੀਂ ਜੀ, ਅਸੀਂ ਨਾ ਇਹ ਮਤਲਬ ਸਾਡੇ ਜਿਹੜੇ ਬਜ਼ੁਰਗ ਆ ਤੇਲ ਉਹਨਾਂ ਨੇ ਤਿਆਰ ਕਰਿਆ ਬਾਈ, ਅਸੀਂ ਤਾਂ ਆਹ ਸੇਵਾ ਹੀ ਕਰਦੇ ਜੀ। ਤੁਹਾਡੇ ਬਜ਼ੁਰਗ ਦਾ ਆਪਦਾ ਹੀ ਤਿਆਰ ਕੀਤਾ ਤੇਲ? ਹਾਂਜੀ, ਆਪਣੇ ਆਪਣੇ ਉੱਧਰ ਏਰੀਏ ਦੇ ਜੀ, ਰੋਪਾ ਸਮਾਨਪੁਰ ਪਿੰਡ ਤੋਂ ਜੀ। ਇਹ ਕਾਹਦੇ ਵਾਸਤੇ ਆ ਜੀ? ਇਹ ਜੋੜਾਂ ਦੇ ਦਰਦਾਂ ਵਾਸਤੇ ਆ ਜੀ, ਜਿਨ੍ਹਾਂ ਦੇ ਬਜ਼ੁਰਗਾਂ ਦੇ ਉਰੇ ਮਤਲਬ ਕਾਫੀ ਟਾਈਮ ਤੋਂ ਆਏ ਵੇ ਆ, ਲੰਬੇ ਸਮੇਂ ਤੁਰਦੇ ਆ, ਉਹਨਾਂ ਸਟੇਜ ਤੱਕ ਜਾਣ ਨੂੰ ਕਾਫੀ ਸਮਾਂ ਲੱਗਦਾ, ਉਹਨਾਂ ਦੇ ਗੋਡੇ ਗੁੱਡਿਆਂ ਦਰਦ ਹੋਣ ਲੱਗ ਜਾਂਦਾ, ਉਹਨਾਂ ਨੂੰ ਰਿਲੈਕਸ ਕਰਨ ਵਾਸਤੇ ਜੀ, ਪਿੱਠ 'ਚ ਦਰਦ ਹੈ ਤੇ ਉਹਦੇ ਵਾਸਤੇ। ਹੋਰ ਕੀ ਹੋਰ ਵੀ ਕੁਛ ਹੈਗਾ ਜੀ ਇਹਦੇ? ਮੈਡੀਕਲ ਸਹਾਇਤਾ ਕੋਈ ਹੋਰ ਵੀ ਹੈ? ਹੋਰ ਕੋਈ ਨਹੀਂ, ਅਸੀਂ ਸਿਰਫ ਮਾਲਸ਼ ਕਰਦੇ ਹਾਂ ਜੀ, ਹੋਰ ਕੋਈ ਨਹੀਂ ਹੈਗਾ, ਸਿਰਫ ਰਿਲੈਕਸ ਕਰਦੇ ਜੀ ਉਹਨਾਂ ਨੂੰ, ਉਹਨਾਂ ਦਾ ਦਰਦ ਕਾਫੀ ਹੱਦ ਤੱਕ ਠੀਕ ਹੁੰਦਾ ਜੀ। ਤੁਸੀਂ ਆਪਣੀ ਕਮੇਟੀ ਦੇ ਬੰਦੇ ਹੋ ਜਾਂ ਹੋਰ ਵੀ ਇੱਥੇ ਦਿੱਲੀ ਤੋਂ ਵੀ ਕੋਈ ਲੋਕ ਸਹਿਯੋਗ ਦੇ ਰਹੇ ਤੁਹਾਨੂੰ? ਅਸੀਂ ਆਪਸ ਵਿੱਚ ਜੋ ਟੋਲਕੀਆਂ ਟੋਲ ਪਲਾਜ਼ਾ ਟੀਮ ਆਈ ਵੀ ਜੋ ਨਾਲ ਇਹਨਾਂ ਦਾ ਸਹਿਯੋਗ ਕਰਦੀ ਹੈ ਸਾਡੇ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਕੀ ਨਾਮ ਜੀ? ਰਣਜੀਤ ਸਿੰਘ ਜੀ, ਸਰਪੰਚ ਪਿੰਡ ਬੜੀ। ਇਹ ਵੀਰ ਜੀ, ਜੋ ਕੋਰਟ ਦੇ ਫੈਸਲਾ ਆਇਆ ਜੀ, ਇਹ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜਿਹੜਾ ਕੋਰਟ ਦਾ ਫੈਸਲਾ ਜੀ, ਇਹ ਹੋਲਡ ਕਰਨ ਬਾਰੇ ਫੈਸਲਾ, ਅਸੀਂ ਇਹ ਕਾਨੂੰਨ ਸਾਰੇ ਰੱਦ ਕਰਾਉਣਾ ਚਾਹੁੰਦੇ ਹਾਂ। ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਜਦ ਤੱਕ ਸਾਡਾ ਹਾਈ ਕਮਾਂਡ ਦਾ ਫੈਸਲਾ ਵੀ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਇਹ ਖਬਰ ਸੁਣਨ ਨੂੰ ਵੀ ਮਿਲੀ ਹੈ ਜੀ, ਅੱਜ ਸ਼ਾਮ ਤੱਕ ਕਹਿ ਰਹੇ ਕੋਈ ਫੈਸਲਾ ਆ ਸਕਦਾ ਜੀ ਆਪਣੇ ਹੱਕ 'ਚ? ਹੱਕ 'ਚ ਹੋਇਆ ਰੱਦ ਕਰਦੇ ਹੈ ਤਾਂ ਅਸੀਂ ਜਾਵਾਂਗੇ, ਨਹੀਂ ਸਾਡਾ ਸੰਘਰਸ਼ ਜਦ ਤੱਕ ਰੱਦ ਨਹੀਂ ਹੁੰਦਾ ਜਦ ਤੱਕ ਚੱਲੇਗਾ ਜੀ। 26 ਜਨਵਰੀ ਦੇ ਜੋ ਪਟੇਟਕ ਵਿੱਢਿਆ ਆਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਸਾਡੀ ਜੋ ਹਾਈ ਕਮਾਂਡ ਦਾ ਫੈਸਲਾ ਹੋਏਗਾ ਜੀ, ਉਸ ਮੁਤਾਬਕ ਅਸੀਂ ਚੱਲਾਂਗੇ। ਮੇਰਾ ਨਾਮ ਸੁਰਿੰਦਰ ਸਿੰਘ ਜੀ, ਪਿੰਡ ਮੀਆਂ। ਇਹ ਮੇਰਾ ਪੜੋਸੀ ਪਿੰਡ ਹੈ, ਦੋਨੇ ਭਾਈ ਦੇ ਨਾਲ ਦਾ ਮੇਰਾ, ਇਹਨਾਂ ਦੇ ਪਿੰਡੋਂ ਇਹ ਤੇਲ ਦੀ ਸੇਵਾ ਨਾਲ ਲੱਗੇ ਹੋਏ, ਇਹਨਾਂ ਦੇ ਤੇਲ ਦੀ ਸੇਵਾ ਕਰਨ। ਕਿੰਨੇ ਦਿਨਾਂ ਤੋਂ ਤੁਸੀਂ ਵੀਰ ਜੀ? ਅਸੀਂ ਤਾਂ ਤਕਰੀਬਨ ਪਹਿਲੇ ਦਿਨ ਤੋਂ ਹੀ ਆਏ ਹਾਂ ਉਰੇ, ਪਰ ਸੇਵਾ ਇਹ ਕੋਈ 4-5 ਦਿਨ ਤੋਂ ਚੱਲਦੀ ਹੈ। ਇਹ ਜੋ ਹੁਣ ਕੋਰਟ ਦੇ ਫੈਸਲੇ ਆਏ ਹੋਏ ਆ, ਉਸ ਤੋਂ ਬਾਅਦ ਵੀ ਕਿਸਾਨ ਕਹਿ ਰਿਹਾ ਵੀ ਸਾਡੇ ਹੱਕ 'ਚ ਨਹੀਂ ਹੈਗਾ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇ ਵਿੱਚ ਤਾਂ ਜੀ ਅਸੀਂ ਗਏ ਨਹੀਂ ਹੈਗੇ, ਕੋਰਟ ਦੇ ਵੀ ਤਾਂ ਮੋਦੀ ਨੇ ਆਪਣੀ ਚਾਲ ਜੀ ਬਣਾ ਕੇ ਕੋਰਟ 'ਚ ਚਲੇ ਗਏ, ਪਰ ਜੇ ਕੋਰਟ ਦਾ ਫੈਸਲਾ ਸਾਡੇ ਹੱਕ 'ਚ ਆਉਂਦਾ ਹੈ ਸਾਨੂੰ ਸਿਰ ਮੱਥੇ ਆ, ਪਰ ਅਸੀਂ ਕੋਰਟ ਦੇ ਵਿੱਚ ਸਾਡੇ ਜਥੇਬੰਦੀਆਂ ਆਇਆ, ਸਾਡੇ ਕੋਈ ਪੰਜਾਬੀ ਭਰਾ, ਕਿਸਾਨ ਭਰਾ ਹਰਿਆਣੇ ਤੋਂ ਕਿਸੇ ਪਾਸੇ ਤੋਂ ਨਹੀਂ ਜਾਊਗਾ, ਠੀਕ ਹੈ ਜੀ। ਤਾਂ ਉਹਨਾਂ ਦੇ ਕਿਸੇ ਜੇ ਸਾਡੇ ਅੰਗੇਸਟ ਫੈਸਲਾ ਆਉਂਦਾ ਹੈ ਤਾਂ ਅਸੀਂ ਡੱਟ ਕੇ ਵਿਰੋਧ ਕਰਾਂਗੇ। ਜੋ 26 ਜਨਵਰੀ ਦਾ ਟ੍ਰੈਕਟਰ ਮਾਰਚ ਕਰਨਾ, ਉਹਦਾ ਕੀ ਕਹਿਣਾ ਜੀ? ਪੂਰੀ ਤਿਆਰੀ ਹੈ ਜੀ, ਤਿਆਰੀ ਹੈ ਪੂਰੀ। ਅਗਰ ਇਹ ਨਾ ਅਪਡੇਟ ਮੰਨਿਆ ਗਿਆ ਆਪਣਾ ਫੈਸਲਾ ਕੋਰਟ ਰੱਦ ਨਾ ਕਰੇ ਕੋਰਟ, ਤਾਂ ਉੱਥੇ ਝੰਡਾ ਚੜਾਇਆ ਜਾਊਗਾ ਜੀ ਆਪਣਾ? ਨਹੀਂ, ਖਾਲਸੇ ਵਾਲਾ ਝੰਡੇ ਦਾ ਮਤਲਬ ਨਹੀਂ ਹੈਗਾ, ਕਿਉਂਕਿ ਅਸੀਂ ਸੰਵਿਧਾਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੀ ਆਪਣਾ ਕੰਮ ਕਰਾਂਗੇ ਜੀ। ਅਤੇ ਦੂਜਾ ਨੰਬਰ, ਅਸੀਂ ਭਾਰਤ ਦੇ ਇੱਜ਼ਤ ਦਾ ਸ਼ਹਿਰੀ ਹੈ, ਠੀਕ ਹੈ ਜੀ, ਅਸੀਂ ਆਪਣੇ ਦੇਸ਼ ਦੀ ਮਰਿਆਦਾ ਭੰਗ ਨਹੀਂ ਕਰਾਂਗੇ। ਜਿਵੇਂ ਸਾਡੀ ਜਥੇਬੰਦੀਆਂ ਦਾ ਹੁਕਮ ਹੋਊਗਾ ਸਾਨੂੰ ਸਿਰ ਮੱਥੇ ਆ, ਪਰ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਹੈ ਉਹ ਪੂਰੀ ਪੂਰੀ ਤਿਆਰੀ ਹੈ। ਟ੍ਰੈਕਟਰ ਮਾਰਚ ਹੋਊਗਾ ਜੀ ਜੀ, ਪੂਰਾ 2 ਲੱਖ ਟ੍ਰੈਕਟਰ ਨਾਲ ਮਾਰਚ ਕੱਢਾਂਗੇ। ਧੰਨਵਾਦ ਜੀ। ਇਹ ਤੇਲ ਮਾਲਸ਼ ਦੀ ਸੇਵਾ ਕੀਤੀ ਜਾ ਰਹੀ ਹੈ ਬਜ਼ੁਰਗਾਂ ਦੀ, ਵੀਰਾਂ ਉਨੀਆਂ ਜੀ। ਬਸ ਬਸ ਤੂੰ ਮੇਰੇ ਜਦੋਂ ਮਹਾਰਾਜ ਮੇਰ ਕਰੇ ਤਾਂ